ਕਿਸਾਨ ਵੀਰੋ, ਅੱਜ ਦੀ ਇਸ ਵੀਡੀਓ ਰਾਹੀਂ ਆਪਾਂ ਤੁਹਾਡੇ ਨਾਲ ਝੋਨੇ ਦੀ ਫਸਲ ਤੇ ਪੱਤਾ ਲਪੇਟ ਸੁੰਡੀ ਦੇ ਹਮਲੇ ਦੀ ਸਫਲ ਰੋਕਥਾਮ ਸੰਬੰਧੀ ਬੇਹੱਦ ਅਹਿਮ ਅਤੇ ਅਜਮਾਈ ਹੋਈ ਜਾਣਕਾਰੀ ਸਾਂਝੀ ਕਰਨ ਲੱਗੇ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਧਿਆਨ ਨਾਲ ਦੇਖਿਓ ਤੇ ਵੀਡੀਓ ਰਾਹੀਂ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਤੇ ਲਾਜ਼ਮੀ ਅਮਲ ਕਰਿਓ। ਜੇ ਠੀਕ ਲੱਗੇ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ, ਲਾਈਕ ਵੀ ਕਰ ਸਕਦੇ ਹੋ ਤੇ ਕਮੈਂਟਾਂ ਦੇ ਰੂਪ 'ਚ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਦਬੜੀ ਖਾਲਾ। ਤੁਸੀਂ ਜੁੜੇ ਹੋਏ ਹੋ ਸਾਡੇ ਯੂਟਿਊਬ ਚੈਨਲ ਨੈਚੁਰਲ ਫਾਰਮਿੰਗ ਕੁਦਰਤੀ ਖੇਤੀ ਅਤੇ ਫੇਸਬੁੱਕ ਪੇਜ ਨੈਚੁਰਲ ਫਾਰਮਿੰਗ ਗੁਰਪ੍ਰੀਤ ਸਿੰਘ ਦਬੜੀ ਖਾਲਾ ਦੇ ਨਾਲ। ਸੋ ਦੋਸਤੋ, ਪਹਿਲਾਂ ਇੱਕ ਸਵਾਲ, ਪੱਤਾ ਲਪੇਟ ਸੁੰਡੀ ਦੇ ਲਾਰਵੇ ਨੂੰ ਲਪੇਟਣ ਵਾਸਤੇ ਕੱਚਾ ਪੱਤਾ ਚਾਹੀਦਾ ਕਿ ਪੱਕਾ ਪੱਤਾ ਚਾਹੀਦਾ, ਨਰਮ ਪੱਤਾ ਚਾਹੀਦਾ ਕਿ ਕੜਾ ਪੱਤਾ ਚਾਹੀਦਾ? ਇਸ ਸਵਾਲ ਦੇ ਜਵਾਬ 'ਚ ਤੁਹਾਡੀ ਸਮੱਸਿਆ ਦਾ ਹੱਲ ਲੁਕਿਆ ਹੋਇਆ। ਤਾਂ ਜਵਾਬ ਕੀ ਆ? ਕੱਚਾ ਪੱਤਾ ਚਾਹੀਦਾ, ਨਰਮ ਪੱਤਾ ਚਾਹੀਦਾ, ਲਵਾ ਪੱਤਾ ਚਾਹੀਦਾ। ਸੋ ਜਿਹੜੇ ਜਿਹੜੇ ਖੇਤਾਂ ਦੇ ਵਿੱਚ ਲਵੇ ਅਤੇ ਨਰਮ ਪੱਤੇ ਉਸ ਸਮੇਂ ਮੌਜੂਦ ਹੋਣਗੇ ਜਿਸ ਸਮੇਂ ਖੇਤਾਂ ਦੇ ਵਿੱਚ ਪੱਤਾ ਲਪੇਟ ਸੁੰਡੀ ਦਾ ਪਤੰਗਾ ਐਕਟਿਵ ਹੋ ਚੁੱਕਾ ਹੁੰਦਾ, ਤਾਂ ਉਹਨਾਂ ਦੇ ਖੇਤਾਂ ਦੇ ਵਿੱਚ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਣਾ ਹੀ ਹੁੰਦਾ। ਅਤੇ ਇਹ ਉਹ ਕਿਸਾਨ ਹੁੰਦੇ ਆ ਜਿਹੜੇ ਮੁੱਖ ਧਾਰਾ ਦੇ ਖੇਤੀ ਅਦਾਰੇ ਦੀਆਂ ਸਿਫਾਰਸ਼ਾਂ ਮੁਤਾਬਕ 45 ਦਿਨਾਂ 'ਚ ਝੋਨੇ ਅੰਦਰ ਯੂਰੀਆ ਪੂਰੀ ਕਰਦੇ ਆ। ਇਹੀ ਉਹ ਟਾਈਮ ਹੁੰਦਾ ਜਦੋਂ ਪੱਤਾ ਲਪੇਟ ਸੁੰਦੀ ਦਾ ਪਤੰਗਾ ਖੇਤਾਂ 'ਚ ਹਾਜ਼ਰ ਹੋ ਚੁੱਕਿਆ ਹੁੰਦਾ, ਅਤੇ ਜਿਹਨਾਂ ਨੇ 45 ਦਿਨਾਂ 'ਚ ਯੂਰੀਆ ਪੂਰਾ ਕੀਤਾ ਹੁੰਦਾ ਉਹਨਾਂ ਦੇ ਖੇਤ 'ਚ ਪੱਤੇ ਲਵੇ ਕੱਚੇ ਨਰਮ ਹੋ ਚੁੱਕੇ ਹੁੰਦੇ ਆ, ਅਤੇ ਫਿਰ ਪਤੰਗਾ ਜਿਹੜਾ ਹੈਗਾ ਇਹਨਾਂ ਪੱਤਿਆਂ 'ਤੇ ਅੰਨੇਵਾਹ ਆਂਡੇ ਦਿੰਦਾ। ਉਹਨਾਂ ਆਂਡਿਆਂ 'ਚੋਂ ਲਾਰਵਾ ਨਿਕਲਦਾ ਅਤੇ ਲਾਰਵਾ ਜਿਹੜਾ ਹੈਗਾ ਪੱਤਿਆਂ ਨੂੰ ਖੁਰਚ ਖੁਰਚ ਕੇ ਖਾਣਾ ਸ਼ੁਰੂ ਕਰ ਦਿੰਦਾ। ਜਿਹੜਾ ਮੇਰਾ 19 ਸਾਲਾਂ ਦਾ ਤਜਰਬਾ ਕਿਸਾਨਾਂ ਦੀ ਪ੍ਰੈਕਟਿਸ 'ਤੇ ਆਧਾਰਿਤ, ਉਹ ਇਹ ਕਹਿੰਦਾ ਕਿ ਜਿਹੜੇ ਵੀ ਕਿਸਾਨ ਝੋਨੇ ਦੇ ਵਿੱਚ ਯੂਰੀਆ 30 ਦਿਨਾਂ ਦੇ ਅੰਦਰ ਅੰਦਰ ਪੂਰੀ ਕਰ ਦਿੰਦੇ ਆ ਉਹਨਾਂ ਦੇ ਖੇਤਾਂ 'ਚ ਪੱਤਾ ਲਪੇਟ ਸੁੰਡੀ ਆਉਂਦੀ ਤਾਂ ਜ਼ਰੂਰ ਹੈ ਪਰ ਹਮਲਾ ਨਹੀਂ ਹੁੰਦਾ। ਲਪੇਟ ਸੁੰਡੀ ਫਸਲ 'ਤੇ ਦੋ ਵਾਰ ਹੱਲਾ ਬੋਲਦੀ ਹੈ। ਜਿਨ੍ਹਾਂ ਦੇ ਖੇਤਾਂ 'ਚ ਪਹਿਲਾਂ ਹੱਲਾ ਨਹੀਂ ਹੁੰਦਾ ਉਹਨਾਂ ਦੇ ਖੇਤਾਂ 'ਚ ਦੂਜਾ ਹੱਲਾ ਵੀ ਨਹੀਂ ਹੁੰਦਾ। ਸੋ ਪਹਿਲਾਂ ਤਾਂ ਇਹ ਗੱਲ ਪੱਲੇ ਬੰਨ ਲਓ ਕਿ ਜੇ ਤੁਸੀਂ 45 ਦਿਨਾਂ 'ਚ ਯੂਰੀਆ ਪੂਰਾ ਕਰੋਗੇ ਤਾਂ ਤੁਹਾਡੇ ਖੇਤ 'ਚ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਏਗਾ ਹੀ ਹੋਏਗਾ। ਅਤੇ ਫਿਰ ਉਸੇ ਮੁੱਖ ਧਾਰਾ ਦੇ ਖੇਤੀਬਾੜੀ ਅਦਾਰੇ ਵੱਲੋਂ ਸਿਫਾਰਸ਼ ਕੀਤੀਆਂ ਹੋਈਆਂ ਜ਼ਹਿਰਾਂ ਵੀ ਤੁਸੀਂ ਲਿਆ ਕੇ ਖੇਤ 'ਚ ਛਿੜਕਣ ਲਈ ਮਜਬੂਰ ਹੋ ਜਾਓਗੇ। ਤਾਂ ਹੁਣ ਜੇਕਰ ਤੁਹਾਡੇ ਖੇਤ ਦੇ ਵਿੱਚ ਹੱਲਾ ਹੋ ਹੀ ਚੁੱਕਿਆ ਤਾਂ ਕੀ ਕਰੀਏ? ਕੋਈ ਜ਼ਹਿਰ ਲਿਆ ਕੇ ਛਿੜਕਣ ਦੀ ਲੋੜ ਨਹੀਂ। ਆਹ ਦਵਾਈਆਂ ਦਾ ਨਾਮ ਨੋਟ ਕਰ ਲਓ, ਜੈਵਿਕ ਦਵਾਈਆਂ, ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ। ਇਹ ਦੋ ਮਾਸਾਹਾਰੀ ਫੰਗਸ ਆ, ਇਹ ਜਦੋਂ ਤੁਸੀਂ ਫਸਲ ਦੇ ਉੱਤੇ ਸਪਰੇਅ ਕਰੋਗੇ ਤਾਂ ਸੁੰਡੀਆਂ ਨੂੰ ਬਿਮਾਰ ਕਰਕੇ ਇਹ ਮਾਰ ਦੇਣਗੀਆਂ ਅਤੇ ਤੁਹਾਡੀ ਫਸਲ ਜਿਹੜੀ ਹੈਗੀ ਆ ਪੱਤਾ ਲਪੇਟ ਸੁੰਡੀ ਦੇ ਹਮਲੇ ਤੋਂ ਮੁਕਤ ਹੋ ਜਾਊਗੀ। ਤਾਂ ਪਹਿਲੀ ਫੰਗਸ ਦਾ ਨਾਂ ਹੈਗਾ ਬਵੇਰੀਆ ਬੈਸੀਆਨਾ। ਇਹ ਤੁਹਾਨੂੰ ਦਮਨ ਦੇ ਨਾਮ 'ਤੇ ਜਿਹੜਾ ਹੈਗਾ ਬਾਜ਼ਾਰ 'ਚੋਂ ਮਿਲ ਜੂਗੀ। ਅਤੇ ਦੂਜੀ ਦਾ ਨਾਮ ਹੈਗਾ ਮੈਟਾਰੀਜ਼ੀਅਮ ਐਨੀਸੋਪਲੀ, ਇਹ ਤੁਹਾਨੂੰ ਕਾਲੀ ਚੱਕਰ ਦੇ ਨਾਮ 'ਤੇ ਬਾਜ਼ਾਰ 'ਚੋਂ ਮਿਲ ਜਾਏਗੀ। ਦੋਨਾਂ ਵਿੱਚੋਂ ਜੇ ਇੱਕ ਵੀ ਮਿਲੇ ਤਾਂ ਇੱਕ ਲਿਆਇਓ, ਜੇ ਦੋਨੇ ਮਿਲ ਜਾਣ ਤਾਂ ਦੋਨੇ ਲਿਆਇਓ। ਹੁਣ ਕਰਨਾ ਕੀ ਹੈ?
ਇੱਕ ਲੀਟਰ ਦਵਾਈ ਦੇ ਨਾਲ ਤੁਸੀਂ 1000 ਲੀਟਰ ਦਵਾਈ ਤਿਆਰ ਕਰ ਸਕਦੇ। ਉਹਦੇ ਲਈ ਤੁਹਾਨੂੰ ਚਾਹੀਦਾ ਕੀ ਹੈ, 1000 ਲੀਟਰ ਪਾਣੀ, 10 ਕਿਲੋ ਗੁੜ, 1 ਲੀਟਰ ਦਵਾਈ। ਜੇ ਦੋਨੇ ਦਵਾਈਆਂ ਇਕੱਠੀਆਂ ਕਰਨੀਆਂ ਤਾਂ 1/2 ਲੀਟਰ ਦਮਣ ਅਤੇ 1/2 ਲੀਟਰ ਕਾਲੀ ਚੱਕਰ। ਦੋਨਾਂ ਨੂੰ 1000 ਲੀਟਰ ਪਾਣੀ ਦੇ ਵਿੱਚ ਘੋਲੋ, ਵਿੱਚ 10 ਕਿਲੋ ਗੁੜ ਪਾ ਦਿਓ ਅਤੇ ਦਿਨ 'ਚ 2 ਵਾਰੀ ਇਹਨੂੰ ਹਿਲਾਉਂਦੇ ਰਹੋ। 4-5 ਦਿਨਾਂ ਦੇ ਵਿੱਚ ਇਹ ਜਿਹੜੀ ਦਵਾਈ ਆ ਇਹ ਮਲਟੀਪਲਾਈ ਹੋ ਜੂਗੀ, 1 ਲੀਟਰ ਤੋਂ 1000 ਲੀਟਰ ਬਣ ਜੂਗੀ। ਅਤੇ ਫਿਰ ਇਹ ਜਿਹੜੀ ਮਲਟੀਪਲਾਈ ਹੋਈ ਦਵਾਈ ਆ 30 ਲੀਟਰ ਪ੍ਰਤੀ ਏਕੜ 120 ਲੀਟਰ ਸਾਦੇ ਪਾਣੀ ਦੇ ਵਿੱਚ ਮਿਲਾ ਕੇ ਇਹਦੀ ਆਪਾਂ ਫਸਲ ਦੇ ਉੱਤੇ ਸਪਰੇਅ ਕਰਨੀ। ਸਪਰੇਅ ਕਰਨ ਤੋਂ 2-4 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਜਿਹੜੀ ਫਸਲ ਹੈਗੀ ਆ ਪੱਤਾ ਲਪੇਟ ਸੁੰਡੀ ਦੇ ਹਮਲੇ ਤੋਂ ਮੁਕਤ ਹੋ ਜਾਏਗੀ ਅਤੇ ਮੁੜ ਬਹਾਲ ਹੋਣੀ ਸ਼ੁਰੂ ਹੋ ਜਾਏਗੀ। ਸੋ ਇਹ ਜਿਹੜਾ ਤਰੀਕਾ ਹੈਗਾ ਇਹ ਨੋਟ ਕਰ ਲਓ, ਇਸ ਤਰੀਕੇ ਨਾਲ ਤੁਸੀਂ ਪੱਤਾ ਲਪੇਟ ਸੁੰਡੀ ਦੇ ਹਮਲੇ ਤੋਂ ਬੜੇ ਸੌਖੇ ਅਤੇ ਸਸਤੇ ਤਰੀਕੇ ਨਿਜਾਤ ਪਾ ਸਕਦੇ ਹੋ। ਲਗਭਗ 25 ਕੁ ਰੁਪਏ ਪ੍ਰਤੀ ਏਕੜ ਤੁਹਾਡਾ ਖਰਚਾ ਆਏਗਾ ਇਹ ਦਵਾਈ ਜੇ ਤੁਸੀਂ ਮਲਟੀਪਲਾਈ ਕਰਕੇ ਛਿੜਕਦੇ ਹੋ। ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਸੌਖਾ ਅਤੇ ਸਸਤਾ ਹੱਲ ਤੁਹਾਨੂੰ ਇਸ ਮਸਲੇ ਦਾ ਕਿਤੋਂ ਮਿਲ ਸਕਦਾ। ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਬੈੱਲ ਆਈਕੋਨ 'ਤੇ ਕਰ ਦਿਓ ਕਲਿੱਕ ਅਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ, ਸ਼ੇਅਰ, ਫੋਲੋ ਅਤੇ ਰਿਕਮੈਂਡ ਕਰਨਾ ਨਾ ਭੁੱਲਿਓ। ਅੱਜ ਲਈ ਇੰਨਾ ਹੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।